ਸਤ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੇਂਦਰ ਸਰਕਾਰ ਵੱਲੋਂ ਹੋ ਗਿਆ ਇਹ ਐਲਾਨ ਇਹਨਾਂ ਲੋਕਾਂ ਨੂੰ ਛਾਈ ਖੁਸ਼ੀ ਤਾਜ਼ਾ ਵੱਡੀ ਖਬਰ ਆ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਨਾਲ ਉਨਾ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਹਿਸੂਸ ਹੋਈ ਹੈ ਜਿਨ੍ਹਾਂ ਨੂੰ ਬੈਂਕ ਦੇ ਚੱਕਰ ਲਗਾਉਣੇ ਪੈਂਦੇ ਸਨ ਕੇਂਦਰ ਸਰਕਾਰ ਵੱਲੋਂ ਹੁਣ ਪਰਸਨਲ ਡਿਪਾਰਟਮੈਂਟ ਨੂੰ ਪੈਨਸ਼ਨ ਜਾਰੀ ਕਰਨ ਵਾਲੇ ਬੈਂਕਾਂ ਨੂੰ ਹੁਕਮ ਜਾਰੀ ਕੀਤਾ ਗਿਆ ਕਿ ਉਹ ਪੈਨਸ਼ਨਰਾਂ ਦੇ ਰਜਿਸਟਰਡ ਮੋਬਾਈਲ ਨੰਬਰ ਉੱਪਰ ਪੈਨਸ਼ਨ ਸਲਿੱਪ ਮੈਸੇਜ ਕਰਕੇ ਭੇਜੀ ਜਾਵੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਸ ਆਦੇਸ਼ ਦੇ ਨਾਲ 62 ਲੱਖ ਕੇਂਦਰੀ ਪੈਨਸ਼ਨਰਾਂ ਨੂੰ ਬਹੁਤ ਵੱਡੀ ਰਾਹਤ ਮਹਿਸੂਸ ਹੋਈ ਹੈ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਕੰਮ ਲਈ ਸੋਸ਼ਲ ਮੀਡੀਆ ਤੂਲ ਦੀ ਵੀ ਮਦਦ ਲੈ ਸਕਦੇ ਹਨ ਪੈਨਸ਼ਨ ਸਲਿੱਪ ਦੀ ਮਹੀਨਾ ਪੈਨਸ਼ਨ ਦੇ ਨਾਲ ਸੰਬੰਧਿਤ ਪੂਰੀ ਡਾਟੇਲ ਹੋਣੀ ਚਾਹੀਦੀ ਹੈ ਜਿਵੇਂ ਜੇਕਰ ਕੋਈ ਟੈਕਸ ਕਟੌਤੀ ਹੋ ਰਹੀ ਹੈ ਜਾਂ ਮਹੀਨੇ ਵਿੱਚ ਕਿੰਨੀ ਅਮਾਉਂਟ ਪੈਨਸ਼ਨ 카ਤੇ ਵਿੱਚ ਭੇਜੀ ਗਈ ਹੈ ਇਹ ਸਾਰਾ ਕੁਝ ਦਰਜ ਹੋਣਾ ਚਾਹੀਦਾ ਹੈ ਉੱਥੇ ਹੀ ਸਾਰੀਆਂ ਬੈਂਕਾਂ ਨੂੰ ਹਰ ਮਹੀਨੇ ਪੈਨਸ਼ਨਰਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਪੈਨਸ਼ਨਰਸ ਦੇ ਈਜ਼ ਆਫ ਲਿਵਿੰਗ ਤਹਿਤ ਇਹ ਸਰਵਸ ਦਿਨ ਦੀ ਗੱਲ ਗਈ ਆ ਕੇਂਦਰ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬੈਂਕ ਇਸ ਸਰਵਸ ਨੂੰ ਵੈਲਫੇਅਰ ਐਕਟੀਵਿਟੀ ਦੇ ਤੌਰ ਤੇ ਵੇਖਣ ਕਿਉਂਕਿ ਇਹ ਕਾਫੀ ਜ਼ਰੂਰੀ ਹੈ ਪੈਨਸ਼ਨ ਭੋਗੀਆਂ ਨੂੰ ਕਈ ਜਗ੍ਹਾ ਤੇ ਆਪਣੀ ਪੈਨਸ਼ਨ ਸਲਿੱਪ ਵਿਕਾਉਣੀ ਪੈਂਦੀ ਆ ਇਨਕਮ ਟੈਕਸ ਰਿਟਰਨ ਫਾਈਲ ਕਰਨ ਮੰਗਿਆਈ ਪੱਤਾ ਮੰਗਿਆਈ ਰਾਹਤ ਦੇ ਨਾਲ ਜੁੜੇ ਬਹੁਤ ਸਾਰੇ ਕੰਮਾਂ ਵਿੱਚ ਇਸ ਪੈਨਸ਼ਨ ਸਲਿੱਪ ਦੀ ਵਰਤੋਂ ਕੀਤੀ ਜਾਂਦੀ ਉੱਤੇ ਹੀ ਰਿਟਾਇਰਮੈਂਟ ਵਿੱਚੋਂ ਬਜ਼ੁਰਗਾਂ ਨੂੰ ਹਰ ਮਹੀਨੇ ਬੈਂਕ ਪੈਨਸ਼ਨ ਦੀ ਸਲਿੱਪ ਲੈਣ ਜਾਣਾ ਪੈਂਦਾ ਇਸ ਕਰਕੇ ਸਰਕਾਰ